ਜਦੋਂ ਦਾ ਵੀ ਇਹਨੇ ਇਹ ਆਪਣਾ ਗੰਦ ਸ਼ੁਰੂ ਕੀਤਾ ਰੇਡੀਓ ਬਿਸਤਾ ਜਿਹਨੂੰ ਅਸੀਂ ਕਹਿੰਦੇ ਆ ਸ਼ੁਰੂ ਕੀਤਾ ਉਥੇ ਇਹਨੇ ਸ਼ੁਰੂ ਤੋਂ ਲੈ ਕਰਕੇ ਹੁਣ ਤੱਕ ਸਿਰਫ ਸਿਰਫ ਕੂੜ ਪ੍ਰਚਾਰ ਕੀਤਾ ਤੇ ਬੜੀ ਵਾਰ ਇਹਨੂੰ ਵਾਰਨਿੰਗਾਂ ਦਿੱਤੀਆਂ ਜਾ ਚੁਕੀਆਂ ਸੀਗੀਆਂ ਚਲੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਨੂੰ ਛੇਕਿਆ ਗਿਆ ਸੀ ਉਸ ਦੇ ਬਾਵਜੂਦ ਵੀ ਬਹੁਤ ਸਿੱਖ ਪ੍ਰਚਾਰਕਾਂ ਨੇ ਇਹਦੇ ਨਾਲ ਵਿਚਾਰਾਂ ਵੀ ਕੀਤੀਆਂ 10 ਦੀ ਖੁਦ ਨਾਲ ਕਈ ਵਾਰੀ ਵਿਚਾਰ ਹੋਈ ਆ ਇਹੋ ਜਿਹੇ ਬੰਦੇ ਹਮ ਹੱਲ ਛੱਤਰ ਹੀ ਹੁੰਦੇ ਨੇ ਜਿਹੜੇ ਇਹਦੇ ਵੱਜ ਗਏ ਨੇ ਉਹ ਅੱਗੇ ਵੀ ਜੇਕਰ ਕੋਈ ਇਸ ਤਰ੍ਹਾਂ ਦਾ ਉੱਠ ਕੇ ਇਸ ਤਰ੍ਹਾਂ ਦੀ ਕੋਈ ਗੱਲ ਕਰੂਗਾ ਜाहिर ਜੇ ਤੌਰ ਤੇ ਤਾਂ ਸੋਦਾ ਹੀ ਲੱਗੂਗਾ ਰੇਡੀਓ ਆਪਣਾ ਚਲਾ ਰਿਹਾ ਜੀ ਤੁਸੀਂ ਉਹਨੂੰ ਫੋਨ ਤੇ ਗੱਲ ਕਰਦੇ ਹੋ ਕਿਉਂਕਿ ਰੇਡੀਓ ਉਹਦਾ ਮਾਧਿਅਮ ਇੱਕ ਵਿਚਾਰ ਦਾ ਫੋਨ ਹੀ ਸੀ ਕਿਉਂਕਿ ਸਾਹਮਣੇ ਆ ਕੇ ਤਾਂ ਵਿਚਾਰ ਉਹ ਕਰਦਾ ਨਹੀਂ ਸੀ ਛੇਤਰਾਂ ਤੋਂ ਡਰਦਾ ਨੌਸ ਹਸਪੀਟਲ ਉਹਨਾਂ ਨੇ ਕਲੀਅਰ ਕੀਤਾ ਗਿਆ ਵਾ ਕਿ ਉਹਦੀ ਮੌਤ ਹੋ ਗਈ ਆ ਉਹ ਜੇਰੇ ਇਲਾਜ ਆ ਇਹਨਾਂ ਪਤਾ ਵਾ ਉਹਦਾ ਟ੍ਰੀਟਮੈਂਟ ਚੱਲ ਰਿਹਾ ਉਹਦੀਆਂ ਸਰਜਰੀਆਂ ਹੋ ਰਹੀਆਂ ਨੇ ਵਿਦੇਸ਼ ਚ ਬੈਠੇ ਹਰਨੇਕ ਨੇਕੀ ਜੋ ਕਿ ਸਿੱਖ ਸੰਧਾਤਾ ਦੇ ਵਿਵਾਦਿਤ ਬਿਆਨ ਦਿੰਦਾ ਰਿਹਾ ਹੈ ਅਤੇ ਉਹਨਾਂ ਵਿਵਾਦਿਤ ਬਿਆਨਾਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਵੱਲੋਂ ਉਸ ਨੂੰ ਸ਼ੇਕਿਆ ਵੀ ਗਿਆ ਲੇਕਿਨ ਕਿਸਾਨਾਂ ਦੇ ਮੁੱਦੇ ਦੀ ਗੱਲਬਾਤ ਕਰੀਏ ਤਾਂ ਕਿਸਾਨੀ ਮੁੱਦੇ ਦੇ ਉੱਤੇ ਵੀ ਜਿਹੜਾ ਹੈ ਉਸ ਵੱਲੋਂ ਕਾਫੀ ਵਿਵਾਦਿਤ ਬਿਆਨ ਦਿੱਤੇ ਗਏ ਜਿਸ ਤੋਂ ਬਾਅਦ ਕੀ ਬੀਤੇ ਦਿਨੀ ਉਸ ਦੇ ਉੱਤੇ ਜਿਹੜਾ ਹੈ ਵਿਦੇਸ਼ ਵਿੱਚ ਇਹ ਹਮਲਾ ਹੋ ਗਿਆ ਤਾਂ ਸੂਤਰਾਂ ਮੁਤਾਬਕ ਖਬਰਾਂ ਜਿਹੜੀਆਂ ਇਹ ਆ ਰਹੀਆਂ ਸੀ ਕਿ ਉਸ ਦੀ ਹਮਲੇ ਦੌਰਾਨ ਮੌਤ ਹੋ ਗਈ ਹੈ ਸੋ ਹਰਨੇਕ ਨੇਕੀ ਦੇ ਹੋਏ ਹਮਲੇ ਤੇ ਤੇ ਉਸ ਦੀ ਹੋਈ ਮੌਤ ਦੇ ਗੱਲਬਾਤ ਕਰਨ ਲਈ ਅੰਮ੍ਰਿਤਸਰ ਤੋਂ ਪਰਮਜੀਤ ਸਿੰਘ ਅਕਾਲੀ ਸਾੜਨਾ ਮੌਜੂਦ ਹੈ ਗੱਲਬਾਤ ਕਰਦੇ ਆ ਕਾਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਨੇਕ ਨੇ ਕੀਤੇ ਜਿਹੜਾ ਹਮਲਾ ਹੋਇਆ ਸਿੱਖਾਂ ਦੇ ਉੱਤੇ ਸਿੱਖ ਸੰਦਾਤਾ ਦੇ ਉੱਤੇ ਕਾਫੀ ਵਿਵਾਦ ਹੋ ਉਸਨੇ ਬਿਆਨ ਦਿੱਤੇ ਸੀ ਜਿਸ ਨੂੰ ਅਰਦਾਸ ਜਿਹੜੀ ਆਪਾਂ ਸਭ ਤੋਂ ਉੱਤਮ ਮੰਨਦੇ ਆ ਉਸ ਅਰਦਾਸ ਤੇ ਕਾਫੀ ਟਿੱਪਣੀਆਂ ਉਸ ਵੱਲੋਂ ਕੀਤੀਆਂ ਜਾਂਦੀਆਂ ਸੀ ਹੁਣ ਉਸ ਦੇ ਉੱਤੇ ਹਮਲਾ ਹੋਇਆ ਕਿਸ ਤਰ੍ਹਾਂ ਦੇਖਦੇ ਸਭ ਨੂੰ ਵੇਖੋ ਸਿੱਧੀ ਤੇ ਸਪਸ਼ਟ ਜੀ ਗੱਲ ਆ ਵੀਰ ਜੀ ਕਿ ਕੋਈ ਵੀ ਉੱਠ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਹਰਨੇਕ ਨੇਕੀ ਨਾਂ ਦਾ ਜਿਹੜਾ ਸ਼ਖਸ ਸੀਗਾ ਇਹਦੇ ਵੱਲੋਂ ਇੱਕ રેਡੀਓ ਵਿਰਸਾ ਆਪਣਾ ਖੋਲਿਆ ਹੋਇਆ ਸੀ ਜਿੱਥੇ ਇਹ ਤਰ੍ਹਾਂ-ਤਰ੍ਹਾਂ ਦੀਆਂ ਰੋਜ਼ ਚਵਲਾਂ ਮਾਰਦਾ ਸੀਗਾ ਤਰ੍ਹਾਂ-ਤਰ੍ਹਾਂ ਦੀ ਇਹਦੇ ਵੱਲੋਂ ਗੱਲਾਂ ਨਵੇਂ ਇਨ ਕਿਸਾਨੀ ਮੋਰਚੇ ਦੇ ਖਿਲਾਫ ਇਹ ਕੋ ਕਿੰਨੀ ਮੰਦੀ ਤੇ ਕਿੱਡੀ ਮਾਰੀ ਸ਼ਬਦਾਵਲੀ ਵਰਤੀ ਦੂਸਰਾ ਇਹ ਤਾਂ ਹੁਣ ਦਾ ਮਸਲਾ ਜਦੋਂ ਦਾ ਵੀ ਇਹਨੇ ਇਹ ਆਪਣਾ ਗੰਦ ਸ਼ੁਰੂ ਕੀਤਾ ਰੇਡੀਓ ਬਿਸਟਾ ਜਿਹਨੂੰ ਅਸੀਂ ਕਹਿੰਨੇ ਆ ਸ਼ੁਰੂ ਕੀਤਾ ਉਥੇ ਇਹਨੇ ਸ਼ੁਰੂ ਤੋਂ ਲੈ ਕਰਕੇ ਹੁਣ ਤੱਕ ਸਿਰਫ ਸਿਰਫ ਕੂੜ ਪ੍ਰਚਾਰ ਕੀਤਾ ਸਿੱਖ ਸਿਧਾਂਤਾਂ ਦੇ ਖਿਲਾਫ ਸਿੱਖ ਮਰਿਆਦਾ ਦੇ ਖਿਲਾਫ ਸਿੱਖ ਇਤਿਹਾਸ ਈਵਨ ਕਿ ਗੁਰੂ ਸਾਹਿਬਾਨਾਂ ਦੇ ਖਿਲਾਫ ਗੁਰਬਾਣੀ ਨੂੰ ਵੀ ਤੋੜ ਮੋੜ ਕੇ ਇਹਨੇ ਬੰਦੇ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਬੜਾ ਮੰਦ ਭਗਾ ਸੀ ਤੇ ਬੜੀ ਵਾਰ ਇਹਨੂੰ ਵਾਰਨਿੰਗਾਂ ਦਿੱਤੀਆਂ ਜਾ ਚੁੱਕੀਆਂ ਸੀਗੀਆਂ ਚਲੋ ਸ਼੍ਰੀ ਅਕਾਲ ਤੱਕ ਸਭ ਵੱਲੋਂ ਇਹਨੂੰ ਛੇਕਿਆ ਗਿਆ ਸੀ ਉਸ ਦੇ ਬਾਵਜੂਦ ਵੀ ਬਹੁਤ ਸਿੱਖ ਪ੍ਰਚਾਰਕਾਂ ਨੇ ਇਹਦੇ ਨਾਲ ਵਿਚਾਰਾਂ ਵੀ ਕੀਤੀਆਂ 10 ਦੀ ਖੁਦ ਨਾਲ ਕਈ ਵਾਰੀ ਵਿਚਾਰ ਹੋਈ ਆ ਜਿਹੜੀ ਵਿਚਾਰ ਨਾਲ ਗੱਲ ਕਰਦੇ ਹੋਣ ਜਿਵੇਂ ਕਈ ਬੰਦੇ ਦੇ ਹੁਣ ਕਹਿ ਰਹੇ ਨੇ ਕਿ ਜੀ ਅਖੇ ਉਹ ਵਿਚਾਰ ਨਹੀਂ ਕਰ ਸਕਿਆ ਇਸ ਕਰਕੇ ਹਮਲਾ ਕਰਤਾ ਵੇਖੋ ਵਿਚਾਰ ਉਹਦਾ ਕੀਤੀ ਜਾਂਦੀ ਜਿਹੜਾ ਵਿਚਾਰ ਕਰੇ ਹੁਣ ਜਿਹੜਾ ਬੱਦਾ ਤੁਸੀਂ ਰੇਡੀਓ ਆਪਣਾ ਚਲਾ ਰਿਹਾ ਜੇ ਤੁਸੀਂ ਉਹਨੂੰ ਫੋਨ ਤੇ ਗੱਲ ਕਰਦੇ ਹੋ ਕਿਉਂਕਿ ਰੇਡੀਓ ਉਹਦਾ ਮਾਧਿਅਮਿਕ ਵਿਚਾਰ ਦਾ ਫੋਨ ਹੀ ਸੀ ਕਿਉਂਕਿ ਸਾਹਮਣੇ ਆ ਕੇ ਤਾਂ ਵਿਚਾਰ ਉਹ ਕਰਦਾ ਨਹੀਂ ਸੀ ਛੇਤਰਾਂ ਤੋਂ ਡਰਦਾ ਤੇ ਜਦੋਂ ਉਹਨੂੰ ਫੋਨ ਤੇ ਵਿਚਾਰ ਕਰਨ ਦੀ ਗੱਲ ਕਰਦੇ ਸੀ ਕੋਸ਼ਿਸ਼ ਕਰਦੇ ਸੀ ਤੁਹਾਡੀ ਆਵਾਜ਼ ਉਹ ਬੰਦ ਕਰ ਦਿੰਦਾ ਸੀ ਉਹ ਆਪਣੀ ਜੱਬਲੀਆਂ ਮਾਰੀ ਜਾਂਦਾ ਸੀ ਫਿਰ ਉਹ ਨਾਲ ਕਿਹੜੀ ਵਿਚਾਰ ਸੋ ਵਿਚਾਰ ਤਾਂ ਉੱਥੇ ਹੁੰਦੀ ਜਿੱਥੇ ਕੋਈ ਵਿਚਾਰ ਦੇ ਲਾਇਕ ਹੋਵੇ ਪਰ ਇਸ ਤਰੀਕੇ ਦੇ ਨਾਲ ਉਹਦੇ ਵੱਲੋਂ ਜਿਹੜਾ ਕੂੜ ਪ੍ਰਚਾਰ ਕੀਤਾ ਜਾਂਦਾ ਸੀ ਉਸ ਕੂੜ ਪ੍ਰਚਾਰ ਦਾ ਜਵਾਬ ਫਿਰ ਮੈਨੂੰ ਮੇਰੀ ਜਿਹੜੀ ਸੋਚ ਆ ਉਹ ਤਾਂ ਫਿਰ ਇਹੀ ਸੀ ਕਿ ਗੁਰ ਕੀ ਨਿੰਦਾ ਸੁਨੇ ਨਾ ਕਾਨ ਫਿਰ ਤੇ ਇਹੀ ਹੈ ਨਾ ਹੋਟੇ ਉਹ ਲੋ ਵੀ ਕਈ ਵਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਹਰ ਨੇਕ ਨੇਕੀ ਨਾਲ ਕਿ ਉਸ ਨਾਲ ਗੱਲਬਾਤ ਕਰਕੇ ਉਸ ਨੂੰ ਸਮਝਾਇਆ ਜਾ ਸਕੇ ਮੇਰੇ ਕੋਲ WhatsApp ਤੇ ਚੈਟ ਮੇਰੇ ਸਕਰੀਨਸ਼ਾਟ ਪਏ ਨੇ ਮੈਂ ਸਾਹਮਣੇ ਰੱਖੇ ਹੋਏ ਨੇ ਮੇਰੇ ਕੋਲ ਵਾਇਸ ਮੈਸੇਜ ਪਏ ਨੇ ਜਿਦੇ ਤੇ ਮੈਂ ਉਹਨੂੰ ਕਹਿੰਦਾ ਰਿਹਾ ਵਾਂ ਕਿ ਜੇ ਤੂੰ ਸੰਤਾਂ ਦੇ ਖਿਲਾਫ ਇੰਨਾ ਕੁਝ ਬੋਲਦਾ ਸੰਤਾਂ ਦੇ ਖਿਲਾਫ ਇੰਨਾ ਕੂੜ ਪ੍ਰਚਾਰ ਕਰਦਾ ਚੱਲ ਇੱਕ ਸਾਂਝੇ ਚੈਨਲ ਤੇ ਬੈਠਦੇ ਹਾਂ ਸਾਂਝੇ ਪਲੇਟਫਾਰਮ ਤੇ ਬੈਠਦੇ ਹਾਂ ਤੂੰ ਸਵਾਲ ਕਰੀ ਸੰਤਾਂ ਦੀ ਸ਼ਖਸੀਅਤ ਦੇ ਖਿਲਾਫ ਮੈਂ ਤੈਨੂੰ ਜਵਾਬ ਦਵਾਂਗਾ ਤੇ ਠੋਸ ਲੌਜੀਕਲੀ ਜਵਾਬ ਹੋਣਗੇ ਤੇਰੇ ਵਾਂਗ ਪਰ ਕਿਉਂਕਿ ਵਿਚਾਰ ਤਾਂ ਫਿਰ ਉਹ ਬੰਦਾ ਤਾਂ ਕਰਨਾ ਸੱਚਾ ਹੋਵੇ ਉਹਦਾ ਮਕਸਦ ਤਾਂ ਸਿਰਫ ਸਿਰਫ ਜਿਹੜਾ ਸਿੱਖ ਨੌਜਵਾਨੀ ਨੂੰ ਗਮਰਾਹ ਕਰਨਾ ਸੀਗਾ ਸੰਤਾਂ ਦੀ ਸ਼ਖਸੀਅਤ ਦੇ ਬਾਰੇ ਅ ਸ਼ਹੀਦਾਂ ਦੇ ਬਾਰੇ ਸਿੱਖ ਮਰਿਆਦਾ ਸਿੱਖ ਇਤਿਹਾਸ ਦੇ ਬਾਰੇ ਕਿਉਂਕਿ ਸਿੱਖ ਇਤਿਹਾਸ ਤੇ ਵੀ ਉਹਨੇ ਬੜਾ ਕਿੰਤੂ ਕੀਤਾ ਜਿਵੇਂ ਦਿੱਲੀ ਗੱਲ ਦੀ ਜਿੱਤਣ ਦੀ ਗੱਲ ਹੋਈ ਤੇ ਉਹਨੇ ਸਿੱਧਾ ਸਦਾ ਗੁਰੂ ਸਾਹਿਬਾਨਾਂ ਤੇ ਵੀ ਕਿੰਤੂ ਕਰਤਾ ਕਿ ਦਿੱਲੀ ਜਿੱਤਣ ਦੀ ਜਿਹੜੀ ਗੱਲ ਹੈ ਝੂਠ ਨੇ ਇਹ ਇਤਿਹਾਸ ਨਹੀਂ ਇਹ ਮਿਥਿਆਸ ਬਣਾਇਆ ਇਹਨਾਂ ਨੇ ਬੜਾ ਦੀ ਜਿਹੜੀਆਂ ਵੀ ਗੱਲਾਂ ਉਹਨੇ ਕੀਤੀਆਂ ਪਰ ਉਹ ਸਾਰੀਆਂ ਗੱਲਾਂ ਕਰਨ ਦਾ ਮਕਸਦ ਸਿੱਧਾ ਕਲੀਅਰ ਘਟ ਆਉਦਾ ਕਿ ਮੈਂ ਪੰਬਲ ਪੂਸਾ ਕਿ ਪੈਦਾ ਕਰਾਂ ਜਿਵੇਂ ਕਿ ਕੁਝ ਲੋਕਾਂ ਦਸਮ ਬਿਰਧ ਪੰਬਲ ਪੂਸਾ ਪੈਦਾ ਕੀਤਾ ਕੁਝ ਲੋਕਾਂ ਨੇ ਉੱਠ ਕਰਕੇ ਅ ਅਰਦਾਸ ਦੇ ਵਿਰੁੱਧ ਪੰਬਲ ਪੂਸਾ ਰਾਗ ਮਾਲਾ ਦੇ ਵਿਰੁੱਧ ਪੈਦਾ ਕੀਤਾ ਤੇ ਉਹਦੇ ਵਿੱਚ ਉਲਝਾਤ ਤਾਂ ਆ ਕੌਮ ਨੂੰ ਕਿਉਂਕਿ ਵੇਖੋ ਕੀ ਹੁੰਦਾ ਨਾ ਜਦੋਂ ਇੱਕ ਮੁੱਦਾ ਪੈਦਾ ਹੋ ਜਾਂਦਾ ਨਾ ਫਿਰ ਉਹ ਕੋਈ ਵੀ ਜਿਹੜਾ ਅੱਜ ਦੀ ਨੌਜਵਾਨੀ ਖਾਸ ਕਰਕੇ ਜਿਹੜੀ ਪੀੜ੍ਹੀ ਆ ਫਿਰ ਉਹ ਸੋਚਣ ਲੱਗ ਪੈਂਦੀ ਆ ਉਹਦੇ ਬਾਰੇ ਵਿਚਾਰ ਹੋਣ ਲੱਗ ਜਾਂਦੀ ਜਦੋਂ ਉਸ ਚੀਜ਼ ਤੇ ਵਿਚਾਰ ਹੋਣ ਲੱਗ ਜਾਂਦੀ ਆ ਫਿਰ ਉਹ ਚੀਜ਼ ਉਲਝ ਜਾਂਦੀ ਆ ਜਦ ਕਿ ਸਾਡੇ ਮੁੱਦੇ ਹੈ ਹੀ ਨਹੀਂ ਸੀ ਸੱਦਾ ਦਸਮ ਪਾਤਸ਼ਾਹ ਦੇ ਵੱਲੋਂ ਜਿਹੜੀ ਵੀ ਸਾਨੂੰ ਗੁਰਬਾਣੀ ਬਖਸ਼ੀ ਗਈ ਆ ਪੰਜ ਬਾਣੀਆਂ ਪੜਦੇ ਆ ਮਰਤਦਾਤ ਪ੍ਰਾਪਤ ਹੁੰਦੀ ਆ ਪੰਜ ਬਾਣੀਆਂ ਪੜ ਕੇ ਹੁੰਦੀ ਜਪ ਸਾਹਿਬ ਦੀ ਗੱਲ ਚੌਪਾਈ ਸਾਹਿਬ ਦੀ ਗੱਲ ਸੋਈਆਂ ਦੀ ਗੱਲ ਕਰਦੇ ਆ ਤੇ ਫਿਰ ਉਹ ਵਿਵਾਦ ਤਾਂ ਨਹੀਂ ਸੀ ਪਰ ਇਹਨਾਂ ਲੋਕਾਂ ਦੇ ਵੱਲੋਂ ਵਿਵਾਦ ਪੈਦਾ ਕੀਤੇ ਗਏ ਜਿਸ ਤਰ੍ਹਾਂ ਬਾਣੀਆਂ ਦੇ ਉੱਤੇ ਵਿਵਾਦ ਪੈਦਾ ਕੀਤੇ ਗਏ ਇਸ ਤਰ੍ਹਾਂ ਇਹ ਸੰਤਾਂ ਦੇ ਉੱਪਰ ਸ਼ਖਸ਼ੀਤ ਦੇ ਉੱਪਰ ਸ਼ਹੀਦਾਂ ਦੇ ਉੱਪਰ ਸਿੱਖ ਇਤਿਹਾਸ ਦੇ ਉੱਪਰ ਵਿਵਾਦ ਪੈਦਾ ਕਰਕੇ ਤੇ ਭਮਲਪੂਸਾ ਜਿਹੜਾ ਉਹ ਖੜਾ ਕਰਨ ਦੀ ਕੋਸ਼ਿਸ਼ ਇਹਦੇ ਵੱਲੋਂ ਜਾਂ ਇਹਦੇ ਵਰਗਿਆਂ ਵੱਲੋਂ ਬਾਰ ਬਾਰ ਕੀਤੀ ਜਾ ਰਹੀ ਸੀ ਤੇ ਜਿਹਦਾ ਅੰਤ ਇਹੀ ਸੀ ਕਿਉਂਕਿ ਜਦੋਂ ਬਾਰ ਬਾਰ ਕਿਸੇ ਬੰਦੇ ਨੂੰ ਸਮਝਾਉਣ ਤੋਂ ਸਮਝੂਗਾ ਨਾ ਤੇ ਉਹਦਾ ਹਾਲਾਤ ਆ ਫਿਰ ਕੋਈ ਨਾ ਕੋਈ ਹੋਰ ਨਿਕਲੂਗਾ ਇਹਨਾਂ ਤੇ ਜਿੱਦਾਂ ਦੀ ਕਿਸੇ ਦੀ ਹੁਣ ਭਾਵਨਾ ਹੋਵੇ ਹੁਣ ਕੋਈ ਹੁੰਦੀ ਹੈ ਕਿ ਦੁਨਿਆਵੀ ਤੌਰ ਤੇ ਕਿਸੇ ਦੇ ਬਾਪ ਨੂੰ ਗਾਲ ਕੱਢੇ ਤੇ ਕੋਈ ਹੁੰਦੇ ਨਹੀਂ ਜਿਹੜੇ ਬਾਪ ਦੀ ਗਾਲ ਜਰ ਲੈਂਦੇ ਨੇ ਮਾਂ ਦੀ ਗਾਲ ਜਰ ਲੈਂਦੇ ਨੇ ਤੇ ਅੱਗੋਂ ਚੁੱਪ ਕਰਕੇ ਆ ਜਾਂਦੇ ਨੇ ਕਈ ਹੁੰਦੇ ਨਹੀਂ ਜਰਦੇ ਸਿਰ ਪਾੜ ਦਿੰਦੇ ਗਾੜੀਆਂ ਸੋ ਇਦਾਂ ਦਾ ਸਿਸਟਮ ਨਾ ਹੁਣ ਜਿਹੜੇ ਜਰੀਗੇ ਜਰੀਗੇ ਜਿਨ੍ਹਾਂ ਕੋ ਨਹੀਂ ਜਾ ਰਹਾ ਹੋਇਆ ਉਹਨਾਂ ਸੋਸ਼ਲ ਮੀਡੀਆ ਤੇ ਗੱਲਾਂ ਆ ਰਹੀਆਂ ਕਿ ਇਹਨੇ ਹੱਥੇ ਤੇ ਵਾਰ ਕੀਤਾ ਗਿਆ ਉਹ ਘਰ ਜਾ ਰਹੇ ਸੀ ਤਾਂ ਉਹਨਾਂ ਦੀ ਗੱਡੀ ਤੇ ਜਿਹੜਾ ਵਾਰ ਕੀਤਾ ਗਿਆ ਇਹਨੇ ਹੱਥੇ ਸੀ ਤੇ ਇਹਨੇ ਹੱਥੇ ਤੇ ਵਾਰ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਵੀਰ ਜੀ ਵੇਖੋ ਇਹ ਖੁਦ ਨੇਕੀ ਦੀ ਸਟੇਟਮੈਂਟ ਆ ਤੁਸੀਂ ਚੱਕ ਕੇ ਦੇਖ ਲਿਓ YouTube ਤੋਂ ਇਹਨੇ ਇਹ ਕਹਿਦਾ ਵਾ ਕਿ ਮੇਰੀ ਪੁਜਾਰੀਵਾਦ ਨਾਲ ਜੰਗ ਆ ਮੇਰੀ ਪੁਜਾਰੀਵਾਦ ਨਾਲ ਜੰਗ ਆ ਜੇ ਤੇਰੀ ਪੁਜਾਰੀਵਾਦ ਨਾਲ ਜੰਗ ਆ ਫਿਰ ਜੰਗਵੇ ਸਭ ਕੁਝ ਜਾਇਜ਼ ਹੁੰਦਾ ਕਿਸੇ ਦਾ ਕਿਸੇ ਦਾ ਮੂੰਹ ਚੱਲੇ ਕਿਸੇ ਦਾ ਹੱਥ ਚੱਲੇ ਤੂੰ ਆਪਣੀ ਕਲਮ ਚਲਾਉਂਦਾ ਸੀ ਉਹ ਚ ਬਕਵਾਸ ਕਰਦਾ ਸੀ ਜਿਹਦਾ ਵਸ ਚੱਲਿਆ ਉਹਨੇ ਹੱਥ ਲਾ ਦਿੱਤਾ ਸੋ ਜੰਗ ਦੇ ਵਿੱਚ ਆ ਵੀ ਇਹ ਕਹਿੰਦਾ ਜੰਗ ਫਿਰ ਸਭ ਕੁਝ ਜਾਇਜ਼ ਹੁੰਦਾ ਵੀਰ ਜੀ ਜਦੋਂ ਲੜਾਈ ਹੁੰਦੀ ਹੈ ਲੜਾਈ ਦੇ ਵਿੱਚ ਕੋਈ ਕੋਈ ਹਥਿਆਰ ਵਰਤਲੇ ਉਹ ਸਾਰੇ ਹੀ ਜਾਇਜ਼ ਨੇ ਸੋ ਇਸ ਕਰਕੇ ਹੁਣ ਜੇ ਕੋਈ ਰੋਣ ਦੇ ਰੋਈ ਜਾਂਦੇ ਨੇ ਪਿੱਟੀ ਜਾਂਦੇ ਨੇ ਤਾਂ ਪਿੱਟੀ ਜਾਣ ਪਰ ਜਦੋਂ ਤੁਸੀਂ ਲੜਾਈ ਲੜ ਰਹੇ ਹੋ ਤੇ ਲੜਾਈ ਦੇ ਵਿੱਚ ਫਿਰ ਜਿਹਦਾ ਕਿਸੇ ਦਾ ਮੂੰਹ ਚੱਲਦਾ ਕਿਸੇ ਦਾ ਹੱਥ ਚੱਲਦਾ ਤੇ ਜਿਹਦਾ ਹੱਥ ਚੱਲਿਆ ਉਹਨੇ ਚਲਾ ਦਿੱਤਾ ਕਿਉਂਕਿ ਤੂੰ ਸਮਝਿਆ ਨਹੀਂ ਤੂੰ ਵੇਖੋ ਬੋਲਣ ਦੀ ਆਜ਼ਾਦੀ ਵੀਰ ਜੀ ਹ ਆਪਣੇ ਵਿਚਾਰ ਪ੍ਰਗਟ ਕਰੋ ਪਰ ਜਿਹੜੇ ਵਿਚਾਰ ਤੁਸੀਂ ਪ੍ਰਗਟ ਕਰ ਰਹੇ ਹੋ ਉਹਨਾਂ ਵਿਚਾਰਾਂ ਦੇ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ ਕਿਸੇ ਦੀ ਸ਼ਾਨ ਦੇ ਖਿਲਾਫ ਨਾ ਹੋਣ ਕਿਸੇ ਦੀ ਸ਼ਾਨ ਨੀਵੀਂ ਨਾ ਹੋਵੇ ਇਹ ਤਾਂ ਦੇ ਵਿਚਾਰ ਪੇਸ਼ ਕਰੋ ਹੁਣ ਤੁਸੀਂ মিডিਆ ਹੋ ਤੁਸੀਂ ਕਿਸੇ ਨੇ ਇੰਟਰਵਿਊ ਲੈਨੇ ਹੋ ਤੁਸੀਂ ਕਿਸੇ ਨੂੰ ਸਵਾਲ ਕਿਸੇ ਸ਼ਾਨ ਦੇ ਖਿਲਾਫ ਕਰ ਦੋਗੇ ਅਗਲਾ ਜਰੂਰੂਗਾ ਸਵਾਭਕ ਤੌਰ ਤੇ ਨਹੀਂ ਜਰੂਰੂਗਾ ਸੋ ਇਸ ਇਸੇ ਤਰ੍ਹਾਂ ਹੀ ਹੈ ਨਾ ਦੁਨਿਆਈ ਇਸ ਤੇ ਦੁਨੀਆਂ ਚੱਲਦੀ ਆ ਸੋ ਇਹਦੇ ਵੱਲੋਂ ਇੱਕ ਮਸਲਾ ਇਹ ਸੀ ਵੀ ਕਿਸੇ ਮਨੁੱਖ ਦੇ ਖਿਲਾਫ ਨਹੀਂ ਸੀ ਬੋਲ ਰਿਆ ਕੋਈ ਮੇਰੇ ਲਈ ਸ਼ਖਸੀਅਤ ਮੇਰੇ ਉੱਪਰ ਤਿੰਨ ਤਿੰਨ ਚਾਰ ਚਾਰ ਇੰਟਰਵਿਊ ਕੀਤੀਆਂ ਨੇ ਸਪੈਸ਼ਲ ਮੇਰੀ ਸ਼ਖਸੀਅਤ ਨੂੰ ਖਰਾਬ ਕਰਨ ਦੇ ਵਾਸਤੇ ਮੇਰੇ ਖਿਲਾਫ ਬੜੇ ਤਰ੍ਹਾਂ ਦੇ ਬਕਵਾਸ ਬੜੇ ਤਰ੍ਹਾਂ ਦੇ ਜਾਲ ਨਹੀਂ ਬਣਾਏ ਪਰ ਚਲੋ ਸੰਗਤ ਨੂੰ ਪਤਾ ਹੁੰਦਾ ਵੀ ਕੌਣ ਬੰਦਾ ਕਿਦਾਂ ਦਾ ਕਿਦਾਂ ਦਾ ਨਹੀਂ ਇਹਨੂੰ ਜਵਾਬ ਮੈਨੂੰ ਦੇਣ ਦੀ ਲੋੜ ਨਹੀਂ ਪਈ ਉਹਨੂੰ ਸੰਗਤ ਨੇ ਜਵਾਬ ਦੇ ਦਿੱਤੇ ਸੀਗੇ ਪਰ ਸਾਡੇ ਰਕੇ ਦੇ ਖਿਲਾਫ ਬੋਲੇ ਸਾਨੂੰ ਕੋਈ ਦੁੱਖ ਨਹੀਂ ਅਸੀਂ ਤਾਂ ਆਮ ਮਨੁੱਖ ਹਾਂ ਦੁਨਿਆਵੀ ਹਾਂ ਪਾਪੀ ਲੋਕਾਂ ਦੁਨੀਆ ਤੁਰੇ ਫਿਰਦੇ ਆ ਪਰ ਇਹ ਜਿਹੜਾ ਬੋਲਦਾ ਸੀ ਸਾਡੀਆਂ ਸ਼ਖਸੀਅਤਾਂ ਦੇ ਇਵੇਂ ਕਿ ਗੁਰੂ ਸਾਹਿਬ ਉਹਨਾਂ ਦੇ ਖਿਲਾਫ ਇਹਨੇ ਬੋਲਿਆ ਜਿਹੜਾ ਸੀ ਤਾਜ਼ੀ ਸਟੇਟਮੈਂਟ ਦਿੱਤੀ ਦਿੱਲੀ ਵਾਲੀ ਮੈਨੂੰ ਦੱਸ ਰਿਆ ਵੀ ਉਹ ਮੈਂ ਸ਼ਬਦ ਯੂਜ਼ ਨਹੀਂ ਕਰ ਸਕਦਾ ਜਿਹੜੇ ਇਹਨੇ ਯੂਜ਼ ਕੀਤੇ ਸਾਬ ਜਦਿ ਸ਼ਹਾਦਤ ਦੇ ਉੱਤੇ ਇਹਨੇ ਕਿੰਦੂ ਕੀਤਾ ਹਨਾ ਸ਼ਹੀਦਾਂ ਦੀ ਇਹ ਸ਼ਹਾਦਤਾਂ ਦੇ ਕਿੰਦੂ ਕਰ ਦਿੱਤਾ ਫਿਰ ਹੁਣ ਇਸ ਤੋਂ ਬੰਦੇ ਤੋਂ ਆਪਾਂ ਕੀ ਤੋਂ ਆਸ ਰੱਖਾਂਗੇ ਵੀ ਉਹਨਾਂ ਵਿਚਾਰ ਕਰਾਂਗੇ ਇਹੋ ਜਿਹੇ ਬੰਦਿਆਂ ਦਾ ਵਿਚਾਰ ਨਹੀਂ ਹੁੰਦੀ ਹੁੰਦੀਆਂ ਇਹੋ ਜਿਹੇ ਬੰਦਿਆਂ ਦਾ ਹੱਲ ਛੱਤਰ ਹੀ ਹੁੰਦੇ ਨੇ ਜਿਹੜੇ ਇਹਦੇ ਵੱਜ ਗਏ ਨੇ ਉਹ ਅੱਗੇ ਵੀ ਜੇਕਰ ਕੋਈ ਇਸ ਤਰ੍ਹਾਂ ਦਾ ਉੱਠ ਕੇ ਇਸ ਤਰ੍ਹਾਂ ਦੀ ਕੋਈ ਗੱਲ ਕਰੂਗਾ ਤੇ ਜਾਹਰ ਜੇ ਤੌਰ ਤੇ ਸੋਦਾ ਹੀ ਲੱਗੂਗਾ ਤਾਂ ਸ਼ਾਨ ਦੀ ਗੱਲ ਕੀਤੀ ਕਿ ਜਿਹੜਾ ਕਿਸ ਦੀ ਸ਼ਾਨ ਦੇ ਖਿਲਾਫ ਬੋਲੂਗਾ ਤੇ ਉਹਦਾ ਇਹੀ ਖਸ਼ਰ ਹੋਊਗਾ ਸੋਸ਼ਲ ਮੀਡੀਆ ਤੇ ਗੱਲ ਕਰੀਏ ਤਾਂ ਉਸਦੇ ਹਮਲੇ ਦੇ ਵਿੱਚ ਬਹੁਤ ਸਾਰੇ ਸਿੰਘਾਂ ਦਾ ਨਾਮ ਆ ਰਿਹਾ ਸੀ ਤੁਹਾਡਾ ਵੀ ਕਿਤੇ ਨਾ ਕਿਤੇ ਨਾਮ ਸਾਹਮਣੇ ਆ ਰਿਹਾ ਸੀ ਕਿ ਪਰਮਜੀਤ ਸਿੰਘ ਅਕਾਲੀ ਦੇ ਖਿਲਾਫ ਉਹ ਕਾਫੀ ਕੁਝ ਬੋਲਦਾ ਹੈ ਤਾਂ ਹੋ ਸਕਦਾ ਹੈ ਕਿ ਜਿਹੜਾ ਇਹ ਕੰਮ ਹੈ ਪਰਮਜੀਤ ਸਿੰਘ ਅਕਾਲੀ ਹੋਣਾ ਵੱਲੋਂ ਕੀਤਾ ਹੈ ਕਿੰਨੀ ਕ ਸੱਚਾਈ ਹੈ ਮੇਰੇ ਕੋ ਸਿੱਧੀ ਤੇ ਸਪਸ਼ਟ ਗੱਲ ਹੈ ਕਿ ਮੇਰੀ ਸ਼ਾਨ ਦੇ ਖਿਲਾਫ ਕੋਈ ਕੁਝ ਬੋਲੀ ਜਾਵੇ ਮੈਨੂੰ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਕਿਸੇ ਮਨੁੱਖ ਨੂੰ ਜਵਾਬ ਦੇ ਨਹੀਂ ਵੀਰ ਜੀ ਮੈਂ ਇੱਕ ਸੇਵਾਦਾਰ ਹਾਂ ਕੌਮ ਦੇ ਵਿੱਚ ਨਿਮਾਣਾ ਜਿਹਾ ਸੇਵਾਦਾਰ ਹੋਣ ਦੇ ਨਾਤੇ ਮੇਰੇ ਉੱਤੇ ਕਈ ਤਰ੍ਹਾਂ ਦੀ ਇਲਜ਼ਾਮਬਾਜ਼ੀਆਂ ਜੇ ਉਹ ਇਹ ਚੱਲਦਾਰ ਦੁਨੀਆ ਦਾ ਇਹ ਦਸੂਰ ਆ ਸੋ ਮੇਰੀ ਸ਼ਾਨ ਦੇ ਖਿਲਾਫ ਕੋਈ ਮੈਨੂੰ ਕੁਝ ਬੋਲੀ ਜਾਵੇ ਮੈਨੂੰ ਕੋਈ ਦੁੱਖ ਨਹੀਂ ਤੇ ਨਾਮ ਹੈ ਆਪਣੀ ਸ਼ਾਨ ਦੇ ਖਿਲਾਫ ਬੋਲਣ ਵਾਲੇ ਨੂੰ ਕਦੀ ਜਵਾਬ ਦਿੱਤਾ ਕਦੀ ਫੇਸਬੁੱਕ ਤੇ ਕੋਈ ਪਾਪ ਪੋਸਟ ਪਾਵੇ ਜਾਂ ਕੋਈ ਬੋਲੇ ਮੈਂ ਕਦੀ ਜਵਾਬ ਨਹੀਂ ਦਿੱਤਾ ਕਿਉਂਕਿ ਗੁਰੂ ਸਾਹਿਬ ਜਾਣਦੇ ਨੇ ਮੈਂ ਕਿਦਾਂ ਦਾਵਾ ਮੈਂ ਮੇਰੀ ਸ਼ਖਸ਼ੀਅਤ ਕਿਦਾਂ ਦੀ ਮੈਂ ਕੀ ਕਰਦਾ ਫਿਰਦਾ ਮੈਨੂੰ ਮੈਂ ਜਵਾਬ ਦੇ ਕਿਸੇ ਮਨੁੱਖ ਨੂੰ ਨਹੀਂ ਮੈਂ ਗੁਰੂ ਸਾਹਿਬ ਨੂੰ ਜਵਾਬ ਦੇ ਆ ਜੇ ਮੈਂ ਮਾੜਾ ਹੋਊਗਾ ਤੇ ਗੁਰੂ ਸਾਹਿਬ ਬੜੇ ਸਮਰਥਨ ਨੇ ਉਹਨਾਂ ਨੇ ਆਪ ਨੰਗਾ ਕਰ ਦੇਣਾ ਸੋ ਇਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਮੂੰਹ ਤੋਂ ਸੁਣੀ ਆ ਵੀ ਪਤਾ ਲੱਗਾ ਵੀ ਮੇਰੀ ਗੱਲ ਕਰਦੇ ਆ ਵੇਖੋ ਮੈਨੂੰ ਕੀ ਲੋੜ ਪਈ ਐ ਇਹੋ ਜੇ ਝੂਠ ਨੂੰ ਮੂੰਹ ਲਾਉਣ ਦੀ ਹਾਂ ਮੇਰਾ ਵਸ ਚੱਲ ਜਿਮਰਾ ਵਾਸ ਚੱਲਦਾ ਕਿ ਮੈਂ ਨਿਊਜ਼ੀਲੈਂਡ ਜਾ ਨਹੀਂ ਸਕਦਾ ਤੇ ਇਹ ਨਿਊਜ਼ੀਲੈਂਡ ਕੋਲ ਫਸਾਉਂਦਾ ਨਹੀਂ ਜੇ ਮੈਂ ਇਹ ਜਰੂਰ ਮੈਂ ਸ਼ਰਿਆਮ ਕਹਿੰਦਾ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਜੇ ਕਦੇ ਮੈਨੂੰ ਟੱਕਰਦਾ ਤੇ ਮੈਂ ਜਰੂਰ ਛਤਰ ਦੇ ਸਿਰ 'ਚ ਮਾਰਨੇ ਸੀ ਪਰ ਮੈਨੂੰ ਟੱਕਰਿਆ ਨਹੀਂ ਮੇਰੇ ਕਰਮਾਂ ਦੀ ਸੇਵਾ ਨਹੀਂ ਸੀ ਜਿਨ੍ਹਾਂ ਨਾਲ ਟੱਕਰਿਆ ਉਹਨਾਂ ਨੇ ਸੇਵਾ ਕਰਦੀ ਤੋਂ ਤੱਕ ਖਬਰਾਂ ਵੀ ਆ ਰਹੀਆਂ ਕਿ ਹੁਣ ਉਹਦੀ ਮੌਤ ਹੋ ਗਈ ਕਿ ਤੁਸੀਂ ਵੀ ਅਪਡੇਟ ਦਿੱਤੀ ਹੋਏਗੀ ਤੁਹਾਡੇ ਵੀ ਕੋਈ ਸਮਰਥਕ ਹੋਣਗੇ ਉੱਥੇ ਜਾਂ ਜਾਣ ਪਛਾਣ ਵਾਲੇ ਆਉਣਗੇ ਕਿ ਵਾਕਈ ਸਚਾਈ ਹੈ ਕਿ ਉਸਦੀ ਮੌਤ ਹੋ ਗਈ ਨਹੀਂ ਅਜੇ ਤੱਕ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਹ ਅਫਵਾਹੀ ਲੱਗਦੀ ਹੈ ਕਿਉਂਕਿ ਜਨਤਕ ਤੌਰ ਦੇ ਉੱਤੇ ਨਾ ਤਾਂ ਉੱਥੋਂ ਦੀ ਪੁਲਿਸ ਵੱਲੋਂ ਨੌਂ ਹਸਪੀਟਲੋਂ ਡਿਕਲੇਅਰ ਕੀਤਾ ਗਿਆ ਵਾ ਵੀ ਉਹਦੀ ਮੌਤ ਹੋ ਗਈ ਹੈ ਉਹ ਜੇਰੇ ਇਲਾਜ ਆ ਇਹਨਾਂ ਪਤਾ ਵਾ ਉਹਦਾ ਟ੍ਰੀਟਮੈਂਟ ਚੱਲ ਰਿਹਾ ਉਹਦੀ ਸਰਜਰੀਆਂ ਹੋ ਰਹੀਆਂ ਨੇ ਅ ਅੱਗੇ ਕੀ ਬਣਦਾ ਤਾਂ ਗੁਰੂ ਸਾਹਿਬ ਜਾਣਦੇ ਆ ਵੀ ਸਾਹ ਆਉਂਦਾ ਕਿ ਨਹੀਂ ਆਉਂਦਾ ਉਹਨੂੰ ਪਰ ਅਜੇ ਤੱਕ ਉਹ ਜਿ ਕਿੰਨਾ ਕਿ ਸਹੀ ਸਮਝਦੇ ਜੇ ਹਰਨੇਕ ਸਿੰਘ ਨੇ ਕੀਤੇ ਹੋਏ ਹਮਲੇ ਵੇਖੋ ਮੈਂ ਬਾਰ ਬਾਰ ਇਹ ਗੱਲ ਕਹਿਣਾ ਕਿ ਅਸੀਂ ਕਦੀ ਵੀ ਨਹੀਂ ਮੈਂ ਕਦੀ ਨਹੀਂ ਚਾਹੂੰਗਾ ਕਿ ਕਿਸੇ ਦੇ ਉੱਤੇ ਕਿਸੇ ਦੀ ਜਾਨ ਦੇ ਉੱਤੇ ਹਮਲਾ ਕੀਤਾ ਜਾਵੇ ਕਿਸੇ ਦੀ ਨਾਜਾਇਜ਼ ਜਿਹੜੀ ਆ ਉਹ ਕੋਈ ਨੁਕਸਾਨ ਹੋਵੇ ਪਰ ਜੇਕਰ ਕੋਈ ਉੱਠ ਕੇ ਸਾਡੇ ਗੁਰੂ ਸਾਹਿਬਾਨਾਂ ਦੇ ਸਿੱਖ ਸਿਧਾਂਤਾਂ ਦੇ ਸ਼ਹੀਦਾਂ ਦੇ ਖਿਲਾਫ ਬੋਲਦਾ ਵਾ ਤੇ ਉਹਦੇ ਦੇ ਆਚਾਰ ਛੇਤਰ ਵੱਜਦੇ ਨੇ ਤਾਂ ਮੈਂ ਬਿਲਕੁਲ ਜੈਟ ਉਹਨਾਂ ਨੂੰ ਇਹ ਬਿਲਕੁਲ ਐਸੀ ਪਰਮਜੀਤ ਸਿੰਘ ਅਕਾਲੀ ਜਿਨ੍ਹਾਂ ਨੇ ਹਰਨੇਕ ਨੇਕੀ ਦੇ ਹੋਏ ਹਮਲੇ ਤੇ ਸਾਡੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਕਿ ਉਹਨਾਂ ਦਾ ਕਿਤੇ ਨਾ ਕਿਤੇ ਨਾਂ ਮਾਰਿਆ ਸੀ ਉਹਨਾਂ ਨੇ ਸਪਸ਼ਟ ਕੀਤਾ ਕਿ ਗੁਰੂ ਸਾਹਿਬ ਨੇ ਇਹ ਸੇਵਾ ਉਹਨਾਂ ਤੋਂ ਨਹੀਂ ਲਈ ਤੀ ਲੇਕਿਨ ਜੇ ਗੁਰੂ ਜਿਸਨੇ ਵੀ ਇਹ ਕੰਮ ਕੀਤਾ ਹੈ ਉਹ ਬਹੁਤ ਠੀਕ ਕੀਤਾ ਕਿ ਹਰਨੇਕ ਨੇਕੀ ਵੱਲੋਂ ਜਿਹੜੇ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਸੀ ਉਹਨਾਂ ਤੇ ਨਹੀਂ ਦਿੱਤੇ ਜਾ ਰਹੇ ਸੀ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਕਿਸਾਨਾਂ ਦੇ ਮਸਲੇ ਤੇ ਹੋਰ ਕਈ ਮਸਲਿਆਂ ਦੇ ਉੱਤੇ ਉਸਨੇ ਜਿਹੜੀ ਆਪਣੀਆਂ ਗਲਤ ਬਿਆਨਬਾਜ਼ੀਆਂ ਕੀਤੀਆਂ ਸੀ ਜਿਸ ਦਾ ਖਮਿਆਜਾ ਉਸ ਨੂੰ ਹੁਣ ਭੁਗਤਣਾ ਪਾ ਰਹੇ ਕੈਮਰਾਮੈਨ ਗੁਰਦੇਵ ਸਿੰਘ ਦੇ ਨਾਲ ਮੁਕੇਸ਼ ਮਹਿਰਾ ਸੁਰਖਾਪ ਟੀਵੀ ਅੰਮ੍ਰਿਤਸਰ